ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਅੱਜ ਵਾਲੇ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਸਟੇਟ ਖਾਸ ਕਰ ਗੁਜਰਾਤ ਦੇ ਠੱਗਾਂ ਨੇ ਦੁਨੀਆ ਵਿੱਚ ਧੁੰਮਾਂ ਪਾਈਆਂ ਹੋਈਆਂ ਨੇ। ਮੀਡੀਆ ਰਿਪੋਰਟਾਂ ਅਨੁਸਾਰ ਸ਼ਿਕਾਗੋ ਬੇਸਿਕ ਹੈਲਥ ਫਰਮ ਨੇ ਅਮਰੀਕਾ ਦੀਆਂ ਵੱਡੀਆਂ ਫਰਮਾਂ ਨੂੰ $1 ਬਿਲੀਅਨ ਦਾ ਚੂਨਾ ਲਾਇਆ ਔਰ ਰਿਸ਼ੀ ਸ਼ਾਹ ਅਤੇ ਸ਼ਰਧਾ ਅਗਰਵਾਲ ਨੂੰ ਅਦਾਲਤ ਵੱਲੋਂ ਕੈਦ ਦੀਆਂ ਸਜ਼ਾਵਾਂ ਸੁਣਾਈਆਂ ਗਈਆਂ ਨੇ। ਇਹ ਭਾਰਤੀ ਠੱਗ ਜਿਹੜੇ ਨੇ ਹੇਰਾਫੇਰੀ ਕਰਨ ਤੋਂ ਬਾਜ਼ ਨਹੀਂ ਆਉਂਦੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਹ ਮੋਦੀ ਅਤੇ ਅਮਿਤ ਸ਼ਾਹ ਉੱਥੇ ਹੀ ਠੱਗੀ ਨਹੀਂ ਮਾਰ ਰਹੇ ਜਾਂ ਉਹਨਾਂ ਦੇ ਕੋਈ ਗਾਦੀਆ, ਕੋਈ ਲਲਿਤ ਮੋਦੀ, ਕੋਈ ਦੂਜਾ, ਕੋਈ ਚੌਕਸੀ ਦੂਜਾ, ਤੁਸੀਂ ਜਿੰਨੇ ਦੇਖੋਗੇ ਸਭ ਗੁਜਰਾਤੀ ਠੱਗ ਵੱਡੇ ਵੱਡੇ ਪੈਮਾਨੇ ਦੇ ਉੱਤੇ। ਪਰ ਮੈਨੂੰ ਵੀ ਹੈਰਾਨੀ ਹੋਈ ਵੀ ਅਮਰੀਕਾ ਵਰਗੇ ਸਿਸਟਮ 'ਚ ਗੂਗਲ ਔਰ ਉਹਨਾਂ ਦੀਆਂ ਅੱਗੋਂ ਜਿਹੜੀਆਂ ਹੈਲਥ ਰਿਲੇਟਡ ਔਰ ਦੂਸਰੇ ਨੇ, ਉਹਨਾਂ ਨੂੰ $1 ਬਿਲੀਅਨ ਦਾ ਜਿਹੜਾ ਚੂਨਾ ਇਹ ਲਾਇਆ ਔਰ ਇਹ ਇਹਨਾਂ ਦਾ ਜਿਹਨਾਂ ਨੂੰ ਸਜ਼ਾ ਸੁਣਾਈ, ਕਿਉਂਕਿ ਹੁਣ ਤਾਂ ਇਹ ਕਨਵਿਕਟਡ ਨੇ, ਉਹਨਾਂ ਦੇ ਵਿੱਚ ਰਿਸ਼ੀ ਸ਼ਾਹ ਹੈ ਅਤੇ ਉਸ ਨਾਲ ਸ਼ਰਧਾ ਅਗਰਵਾਲ ਹੈ ਔਰ ਹੈਡਲਾਈਨ ਹੀ ਇਹਨਾਂ ਦੇ ਮੇਨ ਮੀਡੀਆ ਦੀ, ਅਮੈਰੀਕਨ ਮੀਡੀਆ ਦੀ ਖਬਰ ਹੈ, 2 Indian Americans ਸੈਂਟੈਂਸਡ ਫਾਰ $1 ਬਿਲੀਅਨ ਫਰੋਡ ਐਟ ਸ਼ਿਕਾਗੋ ਬੇਸਡ ਹੈਲਥ ਫਰਮ ਔਰ ਫਾਰਮਰ ਐਗਜੈਕਟਿਵਸ ਆਫ ਆਊਟਕਮ, ਇਹ ਉਹਨਾਂ ਨੇ ਆਪਣੀ ਬੋਡੀ ਬਣਾਈ ਸੀ, ਹੈਲਥ ਟੈਕ ਸਟਾਰਟਅਪ ਵਰ ਸੈਂਟੈਂਸਡ ਫਾਰ $1 ਬਿਲੀਅਨ ਫਰੋਡ ਸਕੀਮ ਇਨਵੋਲਵਿੰਗ ਓਵਰ ਬਿਲਿੰਗ ਕਲਾਇੰਟਸ, ਫਾਲਸੀਫਾਇੰਗ ਐਡਵਰਟਾਈਜ਼ਿੰਗ ਮੈਟ੍ਰਿਕਸ, ਇੰਪੈਕਟਿੰਗ ਇਨਵੈਸਟਰਸ ਐਂਡ ਲੈਂਡਰਸ। ਇੰਨੇ ਵੱਡੇ ਵੱਡੇ ਸਾਰੇ ਹੈਲਥ ਵਾਲਿਆਂ ਦੇ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਜੀ ਅਸੀਂ ਐਡਵਰਟੀਜ਼ਮੈਂਟ ਚਲਾ ਰਹੇ ਹਾਂ ਔਰ ਇਹ ਫਰੋਡ ਇਨਵਾਇਰਮੈਂਟ $1 ਬਿਲੀਅਨ ਦੀ ਹੈ। ਇਹ ਜਿਹੜਾ ਰਿਸ਼ੀ ਸ਼ਾਹ, ਇਹਨੂੰ 7.5 ਸਾਲ ਦੀ ਸਜ਼ਾ ਹੋਈ ਹੈ। ਸ਼ਰਧਾ ਜਿਹੜੀ ਅਗਰਵਾਲ ਹੈ, ਉਹਨੂੰ 3 ਸਾਲ ਦੀ ਜਿਹੜੀ ਹੈ ਉਹ ਸਜ਼ਾ ਹੋਈ ਹੈ ਔਰ ਇਹ ਇੰਨਾ ਵੱਡਾ ਸਕੈਂਡਲ ਹੈ ਅਮਰੀਕਾ ਦੀ ਠੱਗੀ ਦਾ ਇਤਿਹਾਸ ਦਾ ਸਭ ਤੋਂ ਵੱਡਿਆਂ ਸਕੈਂਡਲਾਂ ਦੇ ਵਿੱਚ ਇਹ ਆਇਆ, ਜੱਜ ਨੇ ਵੀ ਕਿਹਾ। ਔਰ ਇਹ ਹੈ ਕਿ ਵੀ ਇਹ ਸ਼ਿਕਾਗੋ ਬੇਸਡ ਇਹਨਾਂ ਨੇ ਆਪਣੀ ਟੈਕਨੋਲੋਜੀ ਸਟਾਰਟਅਪ ਕੰਪਨੀ ਬਣਾਈ ਔਰ ਉਸ ਦੇ ਵਿੱਚ ਇਹਨਾਂ ਨੇ ਇਹ ਅਕੋਰਡਿੰਗ ਟੂ US ਡਿਪਾਰਟਮੈਂਟ ਆਫ ਜਸਟਿਸ ਦਾ ਚਾਰਜਿਸ ਇਨਵੋਲਵਡ ਅਪਰੋਕਸੀਮੇਟਲੀ $1 ਬਿਲੀਅਨ ਇਹ ਇੰਡੀਆ ਦਾ 7,500 ਕਰੋੜ 7,500 ਕਰੋੜ ਇੰਡੀਆ ਦਾ ਬਣਦਾ ਇਨ ਫਰੈਡੂਲੈਂਟਲੀ ਓਬਟੇਨਡ ਫੰਡਸ। The accused were identified as 38 years old Rishi Shah, 38 ਸਾਲਾਂ ਦਾ ਹੈ ਔਰ 38 ਸਾਲਾਂ ਦੀ ਸ਼ਰਧਾ ਅਗਰਵਾਲ ਹੈ, ਉਹ ਕੋ-ਫਾਊਂਡਰ ਹੈ। ਇੱਕ ਹੋਰ ਵੀ ਜਿਹੜਾ ਕੋਈ ਬ੍ਰੈਡ ਪੁਰਡੀ ਹੈ, ਉਹਨੂੰ ਵੀ ਥੋੜ੍ਹੀ ਬਹੁਤ ਸਜ਼ਾ ਦਿੱਤੀ ਔਰ ਇਹਨਾਂ ਦੀ ਸਜ਼ਾ ਉਹਨਾਂ ਨੇ 26 June ਨੂੰ ਸੁਣਾਈ ਔਰ ਇਹਦੇ 'ਚ ਹੁਣ ਕੋਰਟ ਡਾਕੂਮੈਂਟ ਇਹ ਕਹਿੰਦੇ ਨੇ ਔਰ ਜਿਹੜੀ ਟ੍ਰਾਇਲ 'ਚ ਇਹ ਜਿਹੜਾ ਕੇਸ ਆਇਆ ਕਿ ਆਊਟਕਮ ਜਿਹਨੂੰ ਕਿ ਇਹਨਾਂ ਨੇ ਫਾਊਂਡ ਕੀਤਾ ਸੀ 2006 ਦੇ ਵਿੱਚ, ਇਹਨਾਂ ਨੇ ਦੇ ਇੰਸਟਾਲ ਟੈਲੀਵਿਜ਼ਨ ਸਕਰੀਨਸ ਐਂਡ ਟੈਬਲੇਟਸ ਐਟ ਡਾਕਟਰਸ ਆਫਿਸਿਸ ਅਕਰੋਸ ਦਾ ਯੂਨਾਈਟਿਡ ਸਟੇਟਸ। ਪਹਿਲਾਂ ਉਹਨਾਂ ਨੇ ਆਪਣੇ ਉਹਨਾਂ ਦੇ ਟੈਬਲੇਟ ਔਰ ਕੰਪਿਊਟਰ ਸਕਰੀਨਸ ਲਾ ਦਿੱਤੀਆਂ ਐਂਡ ਦੈਨ ਸੋਲਡ ਐਡਵਰਟਾਈਜ਼ਿੰਗ ਸਪੇਸ ਔਨ ਦੋਜ਼ ਡਿਵਾਈਸਿਸ ਟੂ ਕਲਾਇੰਟਸ ਮੋਸਟ ਆਫ ਵਿਚ ਵਰ ਫਾਰਮਾਸਿਊਟੀਕਲ ਕੰਪਨੀਜ਼। ਉਹਨਾਂ ਨੂੰ ਉਹਨਾਂ ਨੇ ਸਪੇਸ ਵੇਚਿਆ। ਸ਼ਾਹ ਅਗਰਵਾਲ ਐਂਡ ਸੋਲਡ ਐਂਡ ਐਡਵਰਟਾਈਜ਼ਿੰਗ ਇਨਵੈਂਟਰੀ ਵਿੱਚ ਦਾ ਕੰਪਨੀ ਡਿਡਨਟ ਓਨ, ਉਹਨਾਂ ਨੂੰ ਉਹ ਸਮਾਨ ਵੇਚਿਆ ਐਡਵਰਟਾਈਜ਼ਰ ਜਿਹੜਾ ਜਿਹਦੀ ਮਾਲਕੀ ਨਾ ਕੋਲ ਨਹੀਂ, ਕਿਸੇ ਹੋਰ ਦਾ ਹੀ ਵੇਚੀ ਗਏ ਟੂ ਆਊਟਕਮਸ ਕਲਾਇੰਟ, ਦੈਨ ਅੰਡਰ ਡਿਲੀਵਰਡ ਔਨ ਇਟਸ ਐਡਵਰਟਾਈਜ਼ਿੰਗ ਕੈਂਪੇਨਸ। ਡਿਸਪਾਈਟ ਦੀਜ਼ ਅੰਡਰ ਡਿਲੀਵਰੀਜ਼ ਦਾ ਕੰਪਨੀ ਸਟਿਲ ਇਨਵੋਇਸਡ ਇਟਸ ਕਲਾਇੰਟਸ ਐਜ਼ ਇਟ ਹੈਡ ਡਿਲੀਵਰਡ ਇਨ ਫੁੱਲ।
ਪਹਿਲਾਂ ਮਾਲ ਚੋਰੀ ਦਾ, ਹਾਫ ਡਿਲੀਵਰਡ, ਫੁੱਲ ਫਲੈਜ ਉਹਨਾਂ ਨੂੰ ਇਨਵਾਇਸਿਸ ਦੇਈ ਗਏ ਕਿ ਅਸੀਂ ਇਹ ਕੀਤਾ, ਔਰ ਫਿਰ ਉਹਨਾਂ ਨੇ ਜਿਹੜਾ ਹਰ ਇੱਕ ਦੇ ਨਾਲ ਝੂਠ ਬੋਲਿਆ, ਉਹਨਾਂ ਨੇ ਅੰਡਰ ਡਿਲੀਵਰੀਜ਼ ਨੂੰ ਕੰਸੀਲ ਕੀਤਾ, ਔਰ ਇਵੇਂ ਉਹਨਾਂ ਨੇ ਕੀਤਾ ਕਿ ਜਿਵੇਂ ਕੰਪਨੀ ਫੁੱਲੀ ਆਪਣਾ ਕੰਮ ਕਰ ਰਹੀ ਹੈ, ਪਰ ਇਹਦੇ 'ਤੇ ਪੇਸ਼ੈਂਟਸ ਦੇ ਨਾਲ ਫਰੀਕੁਐਂਟ ਫਰੋਡ ਹੋਇਆ, ਔਰ ਅਕੋਰਡਿੰਗ ਟੂ ਟ੍ਰਾਇਲ ਐਵੀਡੈਂਸ ਦਾ ਸਕੀਮ ਟਾਰਗੇਟਿੰਗ ਆਊਟਕਮਸ ਕਲਾਇੰਟਸ ਬਿਗੇਨ ਇਨ 2011 ਐਂਡ ਲਾਸਟਿਡ ਅੰਟਿਲ 2017। ਹੁਣ 2011 6 ਸਾਲ ਗੂਗਲ ਲੈਵਲ ਦੀਆਂ ਕੰਪਨੀਆਂ ਨੂੰ ਵੀ ਇਹਨਾਂ ਨੇ ਧੋਖਾ ਦਿੱਤਾ, ਰੱਜ ਕੇ ਪੈਸਾ ਬਣਾਇਆ $1 billion, ਤੁਸੀਂ ਅੰਦਾਜ਼ਾ ਹੀ ਲਾ ਸਕਦਾ ਬੰਦਾ ਕਿ ਵੀ ਉਹਨਾਂ ਨੇ ਇਹ ਸਾਰੇ ਦੇ ਕੀਤਾ, ਔਰ ਇਸ ਸਾਰੇ ਦਾ ਨਤੀਜਾ ਫਿਰ ਜਿਹੜਾ 2023 ਦੇ ਵਿੱਚ ਫੈਡਰਲ ਜਿਊਰੀ ਨੇ ਇਹਨਾਂ ਨੂੰ ਕਨਵਿਕਟ ਕੀਤਾ, ਔਰ ਹੁਣ ਜਿਹੜਾ ਇਹਨੂੰ ਸ਼ਾਹ ਨੂੰ 5 counts ਆਫ ਮੇਲ ਫਰੋਡ, 10 counts ਆਫ ਵਾਇਰ ਫਰੋਡ, 2 counts ਆਫ ਬੈਂਕ ਫਰੋਡ, 2 counts ਆਫ ਮਨੀ ਲਾਂਡਰਿੰਗ, ਔਰ ਅੱਗੇ ਹੈ ਵੀ ਕਿਹਨੂੰ ਕਿੰਨਾ ਕਿੰਨਾ ਕੀਤਾ। ਹੁਣ ਇਹ ਇਹਨਾਂ ਦੇ ਹਿੱਸੇ ਆਇਆ, ਇਹ ਹੋ ਹੀ ਨਹੀਂ ਸਕਦਾ ਵੀ ਇਹ ਬੇਈਮਾਨ ਨਾ ਹੋਣ, ਔਰ ਇਕੱਲਾ ਇਹ ਨਹੀਂ ਹੈ, ਇਹ ਤਾਂ ਹੁਣ ਮੈਂ ਤਾਂ $1 billion ਹੀ ਦੇਖ ਕੇ, ਅਸੀਂ ਤਾਂ ਮੈਂ ਤਾਂ ਕਿਤੇ ਦੇਖੇ ਵੀ ਨਹੀਂ ਇਕੱਠੇ ਕਿੰਨੇ ਕੁ ਹੁੰਦੇ ਨੇ $1 billion, ਪਰ ਅੰਦਾਜ਼ਾ ਅਸੀਂ ਲਾ ਸਕਦੇ ਹਾਂ ਵੀ IMF ਵਰਗੇ ਜਦੋਂ ਪਾਕਿਸਤਾਨ ਨੂੰ ਕੋਈ ਪੈਕੇਜ ਦੇਣਾ ਚਾਹੁੰਦੇ ਨੇ $1 billion, $2 billion ਦਾ, ਉਹ ਸਾਰੀ ਸਰਕਾਰ ਦੀਆਂ ਲੀਕਾਂ ਕਢਾਈਆਂ ਹੁੰਦੀਆਂ, ਅਤੇ ਇੱਥੇ 38 ਸਾਲਾਂ ਦੇ ਚੋਰ ਜੋੜੀ ਜਿਹੜੀ ਹੈ ਇਹਨਾਂ ਨੇ $1 billion ਦਾ ਚੂਨਾ ਲਾ ਤਾ ਅਮਰੀਕਾ ਨੂੰ, ਔਰ ਫੜੇ ਗਏ। ਲੇਕਿਨ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਕਿਸ ਲੈਵਲ ਦਾ, ਜਿਹੜੇ ਲੋਕ ਕਈ ਕਹਿਣਗੇ ਕਿ ਜੀ ਇਹ ਗੱਲ ਐਡਾ ਝੂਠ ਨਹੀਂ ਹੋ ਸਕਦੀ, ਹੁਣ ਕੋਈ ਇਮੈਜਿਨ ਕਰ ਸਕਦਾ ਵੀ ਅਮਰੀਕਨ ਸਿਸਟਮ 'ਚ ਵੜ ਕੇ ਅਮਰੀਕਨ ਡਾਕਟਰਸ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਵੱਡੀਆਂ ਵੱਡੀਆਂ ਕੰਪਨੀਆਂ ਗੂਗਲ ਔਰ ਉਹਦੀਆਂ ਸਬਸਿਡਰੀਜ਼, ਔਰ ਉਹਨਾਂ ਨੂੰ $1 billion ਦਾ ਚੂਨਾ ਲਾ ਦੇਣਾ। ਸੋ ਇਹਦੇ ਇਹਨਾਂ ਦੇ ਉੱਤੇ ਨਾ ਇਹਨਾਂ ਦੇ ਨੇੜੇ ਕੰਨ ਧਰੋ, ਨਾ ਇਹਨਾਂ 'ਤੇ ਇਤਬਾਰ ਕਰੋ, ਇਹਨਾਂ ਨੂੰ ਠੁੱਡੇ ਮਾਰੋ, ਇਹ ਠੱਗ ਨੇ। ਔਰ ਅੱਜ ਹੀ ਇੱਕ ਪ੍ਰੋਮੀਨੈਂਟ ਯੂਟਿਊਬਰ ਹੈ ਬੋਂਬੇ ਬੇਸਡ, ਉਹ ਤਾਂ ਕਹਿੰਦਾ ਹੀ ਗੁਜਰਾਤੀ ਠੱਗ ਹੈ, ਉਹ ਕਹਿੰਦਾ ਵੀ ਮੈਂ ਤਾਂ ਗੁਜਰਾਤ ਦਾ ਗਾਂਧੀ ਔਰ ਪਟੇਲ ਦਾ ਸੁਣਿਆ ਸੀ ਕਿ ਹੋਇਆ, ਹੁਣ ਗੁਜਰਾਤ 'ਚੋਂ ਠੱਗ ਹੀ ਜੰਮਦੇ ਨੇ, ਕਹਿੰਦਾ ਮੋਦੀ ਠੱਗ, ਅਮਿਤ ਸ਼ਾਹ ਠੱਗ, ਉਹ ਪੂਰੇ ਉਹਨੇ ਕਿੰਨਿਆਂ ਦੇ ਨਾਂ ਗਿਣਾ ਦਿੱਤੇ ਹੋਰਨਾਂ ਦਾ ਵੀ, ਕਹਿੰਦੇ ਤੁਸੀਂ ਜਿੱਥੇ, ਉਹ ਕਹਿੰਦੇ ਜਿੰਨੇ ਪੁਲ ਡਿੱਗ ਰਹੇ ਨੇ, ਜਿੰਨੇ ਆ ਟਰਮੀਨਲ ਡਿੱਗੇ ਨੇ, ਸਭ ਦੇ ਠੇਕੇ ਗੁਜਰਾਤੀਆਂ ਕੋਲ, ਸਭ ਠੱਗ ਉਹਨਾਂ ਦੇ। ਸੋ ਸਾਡਾ ਇਸ ਕਿਸਮ ਦੇ ਠੱਗਾਂ ਨਾਲ ਵਾਹ ਹੈ, ਇਸ ਗੱਲ ਦਾ ਧਿਆਨ ਰਹੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਸਾਨੂੰ ਮੈਸੇਜ ਲਿਖਣ ਲਈ ਔਰ ਸਾਡਾ ਪ੍ਰੋਗਰਾਮ ਦੇਖਣ ਲਈ, ਔਰ ਇਸੇ ਤਰ੍ਹਾਂ ਦੇਖਦੇ ਰਹੋ, ਜਿਉਂਦੇ ਰਹੋ, ਵਸਦੇ ਰਹੋ, ਹੱਸਦੇ ਰਹੋ, ਸਾਨੂੰ ਇਸੇ ਤਰ੍ਹਾਂ ਹੀ ਮੈਸੇਜ ਲਿਖਦੇ ਰਹੋ। ਸੋ ਇੰਦਰਜੀਤ ਸਿੰਘ ਸੰਧੂ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਸੋਨ ਮਹਿਲ ਜੀ ਇਸੇ ਤਰ੍ਹਾਂ ਫਤਿਹ ਬੁਲਾਉਂਦੇ ਨੇ, ਫਿਰ ਰਾਜਪਿੰਦਰ ਸਿੰਘ ਜੀ ਵੀ ਔਰ ਡਾਕਟਰ ਪਰਮਜੀਤ ਸਮਰਾ ਜੀ, ਔਰ ਇਸੇ ਤਰ੍ਹਾਂ ਪਰਮਿੰਦਰ ਜੀ ਸਾਨੂੰ ਸਭ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਚਿਨ ਸਾਕਾ ਟ੍ਰਾਈਬ ਜੀ ਕਹਿੰਦੇ ਸਕੀਥੀਅਨ, ਸੋ ਇਸੇ ਤਰ੍ਹਾਂ ਕਹਿੰਦੇ ਨੇ ਕਿ ਆਪਣਾ ਇੱਕ ਆਈਲੈਂਡ ਬਾਏ ਕਰੋ ਪਲੀਜ਼, ਜਿੱਥੇ ਅਸੀਂ ਬਾਕੀ ਦੇਸ਼ ਅਤੇ ਕਾਨੂੰਨ ਦੇ ਜਾਂ ਅੰਡਰ ਨਹੀਂ ਰਹਾਂਗੇ, ਉੱਥੋਂ ਕੋ ਪਲੈਨ ਬਣਾ ਕੇ ਹਿੰਦੁਸਤਾਨ ਟੈਰਰਿਸਟ ਗੌਰਮੈਂਟ 'ਤੇ ਐਵੇਂ ਖਾਦਾ ਬਦਬਾ ਜਾਂ ਪਤਾ ਨਹੀਂ ਕੀ ਕਹਿਣ ਦਾ ਇਹਨਾਂ ਦਾ ਮਕਸਦ ਹੈ, ਨੂੰ ਸਿੱਧਾ ਜਵਾਬ ਦਿੱਤਾ, ਹਾਂ ਦਿੱਤਾ ਜਾਵੇ ਜਾ ਸਕਦਾ ਹੈ ਜੀ। ਦੇਖੋ ਸਕੀਥੀਅਨ ਜੀ, ਇਹ ਸੁਝਾਅ ਤਾਂ ਵੈਸੇ ਬੜਾ ਪੁਰਾਣਾ ਹੈ, ਕਾਫੀ ਦੇਰ ਤੋਂ ਚੱਲਦਾ ਹੈ ਇਸ ਕਿਸਮ ਦੇ ਨਾਲ। ਤੁਸੀਂ ਜਿਹੜਾ ਉਹ ਠੀਕ ਹੈ, ਕੁਝ ਥਾਵਾਂ 'ਤੇ ਜਾ ਕੇ ਕੋਈ ਵੱਸ ਸਕਦੇ ਨੇ, ਕਈਆਂ ਨੇ ਆਪਣਾ
ਈਵਨ ਇੱਕ ਹਿੰਦੂ ਉੱਥੋਂ ਪੁਜਾਰੀ ਭਗੌੜਾ, ਉਹਨੇ ਵੀ ਆਪਣਾ ਆਈਲੈਂਡ ਬਣਾ ਕੇ ਉਹਦਾ ਨਾਂ ਹਿੰਦੂ ਮੁਲਕ ਰੱਖਿਆ ਹੋਇਆ। ਸਾਡੀ ਸਟਰਗਲ ਅਸੀਂ ਆਪਣੀ ਧਰਤੀ 'ਤੇ ਹੀ ਲੜਾਂਗੇ, ਅਲਟੀਮੇਟਲੀ ਆਪਣੀ ਧਰਤੀ ਨੂੰ ਹੀ ਲਿਬਰੇਟ ਕਰਵਾਵਾਂਗੇ ਔਰ ਖਾਲਿਸਤਾਨ ਉੱਥੇ ਹੀ ਬਣਾਵਾਂਗੇ। ਬਾਹਰ ਤਾਂ ਵੈਸੇ ਜਿਹਨਾਂ ਮੁਲਕਾਂ 'ਚ ਅਸੀਂ ਰਹਿ ਰਹੇ ਹਾਂ ਇਹਨਾਂ ਦੇ ਸਿਸਟਮ ਤਾਂ ਬਹੁਤ ਖੂਬਸੂਰਤ ਸਿਸਟਮ ਨੇ, ਸੋ ਗੱਲ ਅਲਟੀਮੇਟਲੀ ਆਪਣਾ ਮੁਲਕ ਲਿਬਰੇਟ ਕਰਾਉਣ ਦੀ। ਬਿਲਕੁਲ, ਮਨਜੀਤ ਕੌਰ ਜੀ ਫਤਿਹ ਬੁਲਾਉਂਦੇ ਨੇ, ਕਾਲੀ ਸਿੰਘ ਜੀ ਵੀ ਕਹਿੰਦੇ ਨੇ ਸਪੋਂਸਰਡ ਬਾਏ ਦੀ, ਜਾਂ ਪਤਾ ਨਹੀਂ ਕੀ ਕਹਿਣਾ ਚਾਹੁੰਦੇ। ਜਸਵੀਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਕੁਲਵਿੰਦਰ ਸਿੰਘ ਭਿੰਡਰ ਜੀ ਵੀ ਫਤਿਹ ਬੁਲਾਉਂਦੇ ਨੇ, ਇਸ ਤਰ੍ਹਾਂ ਪਰਮਿੰਦਰ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਸਿੰਘ ਗਰਸ਼ਾ ਜੀ ਖਾਲਸਾ ਜ਼ਿੰਦਾਬਾਦ, ਔਰ ਇਸ ਤਰ੍ਹਾਂ ਰਸ਼ਲ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਕੰਬੈਟ ਐਕਸ ਕਹਿੰਦੇ ਕਿ ਜਿਹੜੇ ਪੰਜਾਬੀ ਇਹ ਕਹਿੰਦੇ ਨੇ ਕਿ 84 ਖਾਲਿਸਤਾਨ ਕਰਕੇ ਹੋਇਆ, ਫਿਰ ਉਹਨਾਂ ਨੂੰ ਪੁੱਛੋ 1955 ਵਿੱਚ ਤਾਂ ਕੋਈ ਖਾਲਿਸਤਾਨ ਨਹੀਂ ਮੰਗਦਾ ਰਿਹਾ, ਸੋ ਪੰਜਾਬੀ ਸੂਬੇ ਦੀ ਮੰਗ ਲਈ ਇਹਨਾਂ ਜ਼ਾਲਮ ਸਰਕਾਰਾਂ ਨੇ ਸ਼੍ਰੀ ਦਰਬਾਰ ਸਾਹਿਬ ਉੱਤੇ ਅਟੈਕ ਕੀਤਾ। ਹਾਂ ਬਿਲਕੁਲ ਬਿਲਕੁਲ ਠੀਕ ਕਿਹਾ ਕੰਬੈਟ ਜੀ ਨੇ ਜੀ। ਹਰਮਨ ਪੰਨੂ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ, ਬਲਦੇਵ ਸਿੰਘ ਜੀ ਵੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ, ਬਾਬਾ ਬਕਾਲਾ ਸਾਹਿਬ ਤੋਂ ਸਾਨੂੰ ਲਿਖ ਰਹੇ ਨੇ, ਦੇਖ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਮਨਦੀਪ ਬਾਜਵਾ ਜੀ ਸਾਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਦੋਨਾਂ ਨੂੰ, ਔਰ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ ਵੀ ਫਤਿਹ ਬੁਲਾਉਂਦੇ ਨੇ, ਹਰਜੀਤ ਮੰਡ ਪਤਾ ਨਹੀਂ ਹੈ, ਹਾਂਜੀ ਇਹ ਤੁਸੀਂ ਪੜ੍ਹ ਦਿਓ ਕਿਉਂਕਿ ਆਈ ਡੋਨਟ ਅੰਡਰਸਟੈਂਡ। ਉਹਦੇ 'ਚ ਉਹਨਾਂ ਨੇ ਕਿਹਾ ਕਿ ਸੈਡ ਤੁਸੀਂ ਬਹੁਲ ਰਹਿ ਕੇ ਕਿਸਾਨ ਮੋਰਚੇ 'ਚੋਂ ਤਿਆਰ ਵਰ ਇੱਥੇ ਵਰਤਾਰਾ ਕੀਤਾ, ਉਹ ਪੂਰਾ ਚੱਲਿਆ ਨਹੀਂ ਕਿਉਂਕਿ ਹੋਰ ਰਾਜਾਂ ਦੇ ਲੋਕ ਨਾਲ ਸੀ। ਨਹੀਂ ਜਿਹੜੀ ਕਿਸਾਨ ਮੋਰਚਾ ਉਹਦੀ ਇੱਕ ਆਪਣੀ ਸਕਸੈਸ ਹੈ, ਇਹ ਠੀਕ ਹੈ ਵੀ ਵੈਸਟਰਨ ਯੂਪੀ ਔਰ ਹਰਿਆਣੇ ਦੇ ਕਿਸਾਨਾਂ ਤੋਂ ਇਲਾਵਾ ਬਾਕੀ ਨਾਲ ਬਹੁਤੇ ਨਹੀਂ ਲੱਗੇ, ਪਰ ਕਿਸਾਨ ਮੋਰਚੇ ਨੇ 3 ਖੇਤੀ ਕਾਨੂੰਨ ਵਾਪਸ ਵੀ ਕਰਵਾਏ ਔਰ ਸਿੱਖੀ ਵੈਲਿਊਜ਼ ਦਾ ਇੱਕ ਚੰਗਾ ਐਗਜ਼ਿਬਿਟ ਸੀ ਜਿਹੜਾ ਦੂਸਰੇ ਲੋਕਾਂ ਨੇ ਵੀ ਉਸਨੂੰ ਮਹਿਸੂਸ ਕੀਤਾ। ਜਸ ਸਿੰਘ ਜੀ ਵੀ ਫਤਿਹ ਹਨ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਫਿਰ ਉਹਨਾਂ ਦਾ ਫਿਰ ਮੈਸੇਜ ਹੈ ਮੈਂ ਕਿ ਮਾਂਡੋਰਾਂ ਦਾ। ਔਰ ਸਤਨਾਮ ਸਿੰਘ ਕਹਿੰਦੇ, ਡਾਕਟਰ ਸਾਹਿਬ ਅਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਹਰਪ੍ਰੀਤ ਸਿੰਘ ਜੀ, ਹਰਪ੍ਰੀਤ ਲਿਖਦੇ ਨੇ, ਖਾਲਸਾ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀ ਸਿੱਖ ਕਮਿਊਨਿਟੀ ਨੀਡ ਟੂ ਪ੍ਰੈਸ਼ਰ ਕੈਨੇਡੀਅਨ ਗਵਰਨਮੈਂਟ ਟੂ ਇਨਵੈਸਟੀਗੇਸ਼ਨ ਅਬਾਊਟ, ਹਾਂਜੀ ਹਾਂਜੀ ਕਨਿਸ਼ਕਾ, ਹਾਂਜੀ ਇੰਸਟੈਂਟ ਵਿਚ ਵਾਜ ਪਲੈਨਡ ਬਾਈ ਇੰਡੀਅਨ ਗਵਰਨਮੈਂਟ ਸੋ ਟਰੂਥ ਕਮ ਆਊਟ। ਹਰਪ੍ਰੀਤ ਜੀ ਤੁਸੀਂ ਬਿਲਕੁਲ ਠੀਕ ਕਿਹਾ, ਅਸੀਂ ਰਿਪੀਟਡਲੀ ਆਪਣੇ ਪ੍ਰੋਗਰਾਮਾਂ 'ਚ ਕਹਿੰਦੇ ਹਾਂ ਔਰ ਮੇਰਾ ਖਿਆਲ ਹੈ ਕਿ ਵੀ ਇਹ ਅਲਟੀਮੇਟਲੀ ਇਸ ਦੀ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਦੀ ਮੰਗ ਨੂੰ ਅਸੀਂ ਜਾਰੀ ਰੱਖਾਂਗੇ। ਗੁਰਪ੍ਰੀਤ ਬਰਾੜ ਜੀ ਵੀ ਖਾਲਸਾ ਜ਼ਿੰਦਾਬਾਦ ਆਨ ਫਤਿਹ ਬੁਲਾਉਂਦੇ ਨੇ, ਰਾਜਵਿੰਦਰ ਸਿੰਘ ਜੀ ਕਹਿੰਦੇ ਨੇ, ਡਾਕਟਰ ਸਾਹਿਬ ਆਈ ਡੋਂਟ ਨੋ ਅਬਾਊਟ ਦਾ ਪਰਸਨ ਯੂ ਆਰ ਟਾਕਿੰਗ ਅਬਾਊਟ, ਬਟ ਆਈ ਹਰਡ ਹੈਜ਼ ਐਕਸਪਲੇਨੇਸ਼ਨ ਦੈਟ ਹੀ ਵਾਜ਼ ਡਿਸੈਪਟਿਵਲੀ ਹਾਂਜੀ ਟੇਕਨ ਬਾਏ ਸਮਵਨ ਹੀ ਨਿਊ। ਨਹੀਂ ਰਾਜਵਿੰਦਰ ਸਿੰਘ ਜੀ, ਅਸੀਂ ਨਿੱਜੀ ਸੋਰਸਿਸ ਤੋਂ ਵੀ ਪਤਾ ਕਰਾਇਆ ਹੈ, ਇਸ ਬੰਦੇ ਦੇ ਪੁਰਾਣੇ ਸੰਬੰਧ ਰਹੇ ਨੇ, ਹੁਣ ਵੀ ਜੇ ਸੋਸ਼ਲ ਮੀਡੀਆ 'ਤੇ ਪਿਕਚਰਸ ਨਾ ਆਉਂਦੀਆਂ ਔਰ ਲੋਕਲ ਸਿੱਖ ਜਿਹੜੇ ਹਰਿਆਣੇ ਦੇ ਨੇ ਉਹ ਵਿਰੋਧ ਨਾ ਕਰਦੇ ਤਾਂ ਇਹਨੇ ਅਕਾਲ ਤਖ਼ਤ 'ਤੇ ਵੀ ਨਹੀਂ ਸੀ ਜਾਣਾ। ਸੋ ਸਾਰੇ ਹੀ ਬੜੇ ਪੁਰਾਣੇ ਕਲਟੀਵੇਟ ਕੀਤੇ ਹੋਏ ਨੇ ਆਰਐਸਐਸ ਨੇ। ਕੁਲਦੀਪ ਕੌਰ ਜੀ ਕਹਿੰਦੇ ਨੇ ਕਿ ਪੰਜਾਬ ਹਾਲ ਖਾਲਸਾ ਜ਼ਿੰਦਾਬਾਦ, ਅਵਤਾਰ ਸਿੰਘ ਫਤਿਹ ਬੁਲਾਉਂਦੇ, ਗੁਰਮਹਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ, ਖਾਲਸਾ ਜ਼ਿੰਦਾਬਾਦ। ਐਂਡ ਮੈਂ ਗੁਰਦੁਆਰਾ ਕੀਰਤਨ ਲਿਖਦੇ ਨੇ ਕਿ ਡਾਕਟਰ ਸਾਹਿਬ ਤੁਹਾਡਾ ਸਹੀ ਨਾਮ ਡਾਕਟਰ ਗਿਆਨੀ ਅਮਰਜੀਤ ਹੋਣਾ ਚਾਹੀਦਾ, ਵਧੀਆ ਗੱਲ, ਤੁਹਾਨੂੰ ਨਿਰਾਸ਼ ਕਦੇ ਨਹੀਂ ਦੇਖਿਆ, ਗ੍ਰੇਟ ਜੋਬ।
ਤੁਹਾਡੀ ਮਿਹਰਬਾਨੀ, ਅਸੀਂ ਤਾਂ ਖੁਦ ਤਾਲਿਬ ਇਲਮ ਹੈ, ਵਿਦਿਆਰਥੀ ਹੈ, ਗਿਆਨਵਾਨ ਸਤਿਗੁਰੂ ਆਪ ਨੇ ਗੁਰੂ ਕਦਮ ਸਾਬਤ ਰੱਖਣ, ਔਰ ਬਹੁਤ ਸ਼ੁਕਰੀਆ ਤੁਹਾਡੇ ਕਮੈਂਟ ਲਈ। ਸਤਨਾਮ ਔਜਲਾ ਜੀ ਵੀ ਫਤਿਹ ਬੁਲਾਉਂਦੇ ਨੇ, ਚਰਨਜੀਤ ਰਾਮਗੜੀਆ ਨਹੀਂ ਰੰਧਾਵਾ ਜੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਸਾਰਿਆਂ ਨੂੰ, ਔਰ ਨਿਹੰਗ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ ਆ ਪਤਾ ਨਹੀਂ ਮੰਡੀ ਰਾਈਟ ਨਾਓ ਮੰਦੀ ਔਰ ਪਤਾ ਨਹੀਂ ਮਹਿੰਦੀ ਰਾਈਟ ਨਾਓ ਕੇਮ ਟੂ ਨਿਊਯਾਰਕ ਐਂਡ ਕਲੈਕਟਡ ਟੂ ਮੱਚ ਮਨੀ ਐਂਡ ਗਾਨ ਸਟ੍ਰੇਟ ਟੂ ਆਰ ਐਸ ਐਸ ਮੁਖੀ। ਹਾਂਜੀ ਹਾਂਜੀ ਬਿਲਕੁਲ ਨਿਹੰਗ ਸਿੰਘ ਜੀ ਤੁਸੀਂ ਠੀਕ ਕਹਿ ਰਹੇ ਹੋ, ਮੈਂ ਥੋੜ੍ਹਾ ਨਾਂ ਲੈਣੇ ਅਵੋਇਡ ਕਰ ਰਿਹਾ ਪਰ ਇਹ ਚਲਨ ਜਿਹੜਾ ਉਹ ਬਹੁਤ ਖਤਰਨਾਕ ਹੈ ਔਰ ਕਈ ਵਾਰੀ ਆਪਣੇ ਚੰਗੇ ਭਲੇ ਬੰਦੇ ਵੀ ਇਹਨਾਂ ਦੇ ਜਾਲ ਵਿੱਚ ਫਸੇ ਹੋਏ ਨੇ। ਕਾਲਾ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਸਿੰਘ ਨਵਜੋਤ ਜੀ ਖਾਲਸਾ ਜ਼ਿੰਦਾਬਾਦ ਹਰਮਨ ਪੰਨੂ ਕਹਿੰਦੇ ਯੂ ਐਸ ਮੀਡੀਆ ਦਾ ਲਿੰਕ ਨਹੀਂ ਆਉਂਦਾ ਔਰ ਕਸ਼ਮੀਰ ਇਸ ਰੰਗੇ ਨਹੀਂ ਇਸ ਗੇਰੂ ਰੰਗੇ ਨੇ ਜਥੇਦਾਰਾਂ ਨੂੰ ਵੀ ਕਾਣੇ ਕੀਤਾ ਹੋਇਆ ਆ ਜੀ। ਜਗਤਾਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਤੁਸੀਂ ਜਿਹਦਾ ਡੰਡਾ ਹੋਵੇ ਉਹੀ ਸਭ ਕੁਝ ਮਨਵਾ ਲੈਂਦਾ, ਚਲੋ ਬਾਦਲਾਂ ਦੀ ਛੱਡੋ, ਹੁਣ ਅੰਮ੍ਰਿਤਪਾਲ ਹੀ ਆਰ ਐਸ ਐਸ ਤੋਂ ਬਚਾਏ ਉਹਨਾਂ ਸਹੀ ਨਹੀਂ ਲੈਣਾ ਆਰ ਐਸ ਐਸ ਵਿਕਿਆ ਵਕੀਲਾਂ ਤੋਂ ਬਿਨਾਂ। ਜਗਤਾਰ ਸਿੰਘ ਜੀ ਜੋ ਤੁਸੀਂ ਫਿਕਰ ਜ਼ਾਹਰ ਕੀਤਾ ਸਾਡਾ ਵੀ ਇਹ ਫਿਕਰ ਹੈ ਪਰ ਅਸੀਂ ਹੋਪ ਕਰਦੇ ਹਾਂ ਔਰ ਅਸੀਂ ਹਮੇਸ਼ਾ ਸਾਡਾ ਇਹ ਕਹਿਣਾ ਹੁੰਦਾ ਹੈ ਕਿ ਭਾਈ ਏਜੰਡਾ ਬੇਸਡ ਅਸੀਂ ਦੇਖਾਂਗੇ, ਲੇਕਿਨ ਜਿਹੜਾ ਆਲਾ ਦੁਆਲਾ ਉਹ ਕੋਈ ਬਹੁਤਾ ਜਿਹੜਾ ਉਹ ਠਰਾਮਾ ਨਹੀਂ ਦਿੰਦਾ ਕਿਉਂਕਿ ਜਿਸ ਕਿਸਮ ਦਾ ਰਾਜਦੇਵ ਸਿੰਘ ਬਰਨਾਲੇ ਦਾ ਰੈਪੂਟੇਸ਼ਨ ਹੈ ਜਾਂ ਉਸ ਦੀਆਂ ਲਿੰਕੇਜਿਸ ਨੇ, ਲੇਕਿਨ ਲੈਟ ਵੀ ਸੀ ਜੀ। ਨਿਹੰਗ ਸਿੰਘ ਜੀ ਕਹਿੰਦੇ ਸਾਰੇ ਬੁਰਕੇ ਪਿੱਛੇ ਲੱਗੇ ਨੇ, ਜਿੱਥੋਂ ਮਿਲਦੀ ਹੈ ਉੱਥੇ ਹੀ ਪੂਛ ਫੇਰਦੇ ਨੇ। ਹਾਂ ਹਾਂ ਬਿਲਕੁਲ। ਹਰਮੇਸ਼ ਸਿੰਘ ਜੀ ਲਿਖਦੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਚਮਕੌਰ ਸਿੰਘ ਜੀ ਵੀ ਹਾਂਜੀ, ਫਿਰ ਇਸੇ ਤਰ੍ਹਾਂ ਹਰਪ੍ਰੀਤ ਜੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਆਈ ਜਸਟ ਚੈੱਕਡ ਕੁਲਵਿੰਦਰ ਕੌਰ ਗਾਟ ਟ੍ਰਾਂਸਫਰ ਟੂ ਬੰਗਲਾਰੂ ਬਾਏ ਬਹਾਲ ਕਰ ਦਿੱਤਾ ਔਰ ਟ੍ਰਾਂਸਫਰ ਕਰਕੇ ਉੱਥੇ ਭੇਜਿਆ, ਪਰ ਜਿਹੜੀਆਂ ਮੈਂ ਨਿਊਜ਼ ਡਿਟੇਲਸ ਦੇਖੀਆਂ ਨੇ ਅਜੇ ਉਹ ਅੰਡਰ ਸਸਪੈਂਸ਼ਨ ਹੀ ਨੇ, ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰ ਇਹਦੇ ਬਾਵਜੂਦ ਉਹਨਾਂ ਨੂੰ ਜਿਹੜਾ ਉਹ ਟ੍ਰਾਂਸਫਰ ਦਿੱਤੀ ਹੈ। ਗੁਰਜੀਤ ਸਿੰਘ ਜੀ ਕਹਿੰਦੇ TV84 ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕਰਦੇ ਹੋਏ ਫਤਿਹ ਬੁਲਾਉਂਦੇ ਨੇ ਔਰ ਸਾਨੂੰ ਸੁਖਵਿੰਦਰ ਸਿੰਘ ਜੀ ਖਾਲਸਾ ਜ਼ਿੰਦਾਬਾਦ ਐਂਡ ਫਤਿਹ ਕਹਿੰਦੇ ਨੇ। ਜਸਬੀਰ ਸਿੰਘ ਜੀ ਫਤਿਹ ਬੁਲਾਉਂਦੇ ਨੇ, ਜੀਤ ਸੂਰਤੀਆ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਮਨਜੀਤ ਕੌਰ ਹਾਂਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਬੈਸਟ ਸਾਡੀ ਗੱਲ ਨਹੀਂ ਸੁਣ ਰਿਹਾ, ਸਿੱਖਾਂ ਨੂੰ ਕਿਸੇ ਹੋਰ ਵੱਲ ਵੇਖਣਾ ਚਾਹੀਦਾ, ਅਸੀਂ ਬੈਸਟ ਦੇ ਭਰੋਸਾ ਕਰਕੇ ਟਾਈਮ ਤਾਂ ਖਰਾਬ ਨਹੀਂ ਕਰ ਰਹੇ। ਮਨਜੀਤ ਕੌਰ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਭਰੋਸਾ ਕਿਸੇ 'ਤੇ ਵੀ ਨਹੀਂ ਚਾਹੀਦਾ ਅਕਾਲ ਪੁਰਖ ਤੋਂ ਬਿਨਾਂ, ਲੇਕਿਨ ਹਾਲ ਦੀ ਘੜੀ ਦਬਾਅ ਜ਼ਰੂਰ ਬਣਿਆ ਹੋਇਆ ਪਰ ਇਹ ਕਿਸ ਹੱਦ ਤੱਕ ਜਾਣਗੇ ਭਾਰਤ ਨੂੰ ਜਿਹੜਾ ਉਹ ਅਕਾਊਂਟੇਬਿਲਟੀ ਮੰਗਣ ਲਈ ਅਸੀਂ ਦੇਖ ਰਹੇ ਹਾਂ। ਹਾਲਾਂ ਤੁਸੀਂ ਠੀਕ ਕਿਹਾ ਵੀ ਸਾਨੂੰ ਆਪਣੀਆਂ ਆਪਸ਼ਨਸ ਓਪਨ ਰੱਖਣੀਆਂ ਚਾਹੀਦੀਆਂ ਨੇ ਆਲਵੇਸ। ਬਿਲਕੁਲ। ਫਿਰ ਇਸੇ ਤਰ੍ਹਾਂ ਬਲਿਹਾਰ ਸਿੰਘ ਕੰਗ ਜੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਰਿਸ਼ੀ ਭਾਰਤਵਾਜ ਜੀ ਆਏ ਨੇ ਕਹਿੰਦੇ ਨੇ ਕਿ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ, ਯੂ ਸੇ ਦੈਟ ਇੰਡੀਆ ਇਜ਼ ਐਨ ਆਰਟੀਫਿਸ਼ਲ ਐਂਟੀਟੀ ਐਂਟੀਟੀ ਦੈਟ ਕਮਿਟਸ ਐਟਰੋਸਿਟੀਜ਼ ਔਨ ਇਟਸ ਮਨੋਰਿਟੀਜ਼, ਪਾਕਿਸਤਾਨ ਇਜ਼ ਈਵਨ ਵਰਸ, ਡੋਂਟ ਯੂ ਥਿੰਕ ਇਟ ਸ਼ੁੱਡ ਗੈਟ
ਫਰੈਗਮੈਂਟਡ ਟੂ। ਰਿਸ਼ੀ ਭਾਰਦਵਾਜ ਜੀ ਬਹੁਤ ਬਹੁਤ ਸ਼ੁਕਰੀਆ, ਔਰ ਤੁਹਾਡੀ ਫਤਿਹ ਜਿਹੜੀ ਹੈ ਉਸ ਨੂੰ ਅਸੀਂ ਕਬੂਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਸਾਡਾ ਫਿਕਰ ਆਪਣੀ ਕੌਮ ਦੇ ਹਵਾਲੇ ਨਾਲ ਪਹਿਲਾਂ, ਬਾਕੀਆਂ ਦਾ ਕੀ ਬਣਦਾ ਉਹਨਾਂ ਨੇ ਦੇਖਣਾ ਕਿ ਭਾਈ ਉਹਨਾਂ ਨੇ ਫਰੈਗਮੈਂਟ ਹੋਣਾ ਕਿ ਸੀਮੈਂਟਡ ਹੋਣਾ। ਪਰ ਇੱਕ ਗੱਲ ਯਕੀਨੀ ਹੈ ਕਿ ਭਾਰਤ ਜ਼ਰੂਰ ਫਰੈਗਮੈਂਟ ਹੋਏਗਾ, ਕਿਉਂਕਿ ਇਹਨਾਂ ਨੇ ਆਪਣੀਆਂ ਮਾਈਨੋਰਟੀਜ਼ ਦੇ ਨਾਲ, ਜੋ ਮਨੀਪੁਰ 'ਚ, ਜੋ ਕਸ਼ਮੀਰ 'ਚ, ਜੋ ਸਿੱਖਾਂ ਦੇ ਨਾਲ ਕੀਤਾ ਔਰ ਕਰ ਰਹੇ ਨੇ ਲਗਾਤਾਰਤਾ ਨਾਲ, ਇਹਨਾਂ ਦਾ ਟੁੱਟਣਾ ਯਕੀਨੀ ਹੈ। ਬਾਕੀਆਂ ਦਾ ਜੇ ਉਹਨਾਂ ਦੀਆਂ ਕਰਤੂਤਾਂ ਵੀ ਇਸ ਕਿਸਮ ਦੀਆਂ ਰਹਿਣਗੀਆਂ ਤਾਂ ਫਿਰ ਉਹ ਟੁਕੜੇ ਹੁੰਦੇ ਹੀ ਹੁੰਦੇ ਨੇ, ਉਹ ਯੂਨੀਫਾਈਡ ਸਿਸਟਮ ਨਹੀਂ ਰਹਿ ਸਕਦਾ। ਕੁਲਦੀਪ ਸਿੰਘ ਜੀ ਫਤਿਹ ਬੁਲਾਉਂਦੇ ਨੇ, ਫਿਰ ਕਹਿੰਦੇ ਏਕਤਾ 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 ਸਿੱਖੋ ਸਰਦਾਰੋ, ਪਰਮਜੀਤ ਸਿੰਘ ਜੀ, ਐਂਡ ਇਸੇ ਤਰ੍ਹਾਂ ਹਰਵਿੰਦਰ ਸਿੰਘ ਜੀ, ਰਾਮਗੜੀਆ ਜੀ ਵੀ ਆਏ ਨੇ, ਅੰਮ੍ਰਿਤਪਾਲ ਸਿੰਘ, ਖਾਲਸਾ ਜ਼ਿੰਦਾਬਾਦ। ਅਮਨ ਕਹਿੰਦੇ ਰਿਸ਼ੀ ਇਜ਼ ਟ੍ਰਾਇੰਗ ਹਿਸ ਬੈਸਟ, ਸਤਨਾਮ ਸਿੰਘ ਬਹੁਤ ਵਧੀਆ ਪ੍ਰੋਗਰਾਮ ਹੈ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਇਸ ਨਾਲ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ, ਤੁਸੀਂ ਆਪਣੇ ਰਾਏ ਅਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ 'ਤੇ SOS@TV84.TV 'ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਨੂੰ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਅਤੇ ਆਪਣਾ ਸੁਣਾ ਗਿਆ ਦੋ, ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।